ਵੀਰਸ ਫੇਰ ਦੁਆਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚ ਸੱਚ ਵਿੱਚ ਜੀ ਡਾਕਟਰ ਸਾਹਿਬ ਸਾਡੀ ਅਗਲੀ ਲਿਖਤ ਆਈ ਹੈ ਭੈਣ ਹਰਜੀਤ ਕੌਰ ਜੀ ਦੀ ਫਰੈਜ਼ਨੋ ਕੈਲੀਫੋਰਨੀਆ ਤੋਂ ਇਹਨਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ TV84 ਵੈਬਸਾਈਟ 'ਤੇ ਪ੍ਰੋਬਲਮ ਚੱਲ ਰਹੀ ਹੈ ਪ੍ਰੋਗਰਾਮ ਠੀਕ ਠਾਕ ਨਹੀਂ ਵੇਖਿਆ ਜਾਂਦਾ ਇਹ ਸੱਚੋ ਸੱਚ ਦੇ ਰੈਗੂਲਰ ਦਰਸ਼ਕ ਹਨ ਇਹਨਾਂ ਦਾ ਸਵਾਲ ਹੈ ਸਿੱਖ ਬੱਚੀਆਂ ਵਿੱਚ ਗੈਰ ਸਿੱਖਾਂ ਨਾਲ ਵਿਆਹ ਕਰਵਾਉਣ ਦੇ ਰੁਝਾਨ ਨੂੰ ਕਿਵੇਂ ਠੱਲ ਪਾਈ ਜਾ ਸਕਦੀ ਹੈ ਜੀ ਡਾਕਟਰ ਸਾਹਿਬ ਭੈਣ ਜੀ ਹਰਜੀਤ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਸਾਨੂੰ ਫਰੈਜ਼ਨੋ ਕੈਲੀਫੋਰਨੀਆ ਤੋਂ ਲਿਖਿਆ ਜੀ ਅੱਜ ਸਵੇਰ ਦਾ ਇਰਾਦਰ ਕੱਲ੍ਹ ਰਾਤ ਤੋਂ ਹੀ ਫੋਨ ਕਾਲਾਂ ਦਾ ਤਾਂਤਾ ਵੱਜਿਆ ਹੋਇਆ ਜੀ ਉਹਦੇ 'ਚ ਆਲਮੋਸਟ ਹਰ ਅਮਰੀਕਾ ਦੀ ਸਟੇਟ ਤੋਂ ਕੈਨੇਡਾ ਤੋਂ ਕਿ ਵੀ ਤੁਹਾਨੂੰ ਪਹਿਲਾਂ ਤੁਹਾਡਾ ਵੈਬਸਾਈਟ ਨਹੀਂ ਸੀ ਚਲੋ ਲਾਈਵ ਸਟ੍ਰੀਮ ਤਾਂ ਸੀ ਜੀ ਹੁਣ ਤੁਹਾਡਾ ਲਾਈਵ ਸਟ੍ਰੀਮ ਵੀ ਨਹੀਂ ਚੱਲਦਾ ਹੈ ਸੋ ਇਹ ਅਫਸੋਸ ਜੀ ਮੈਂ ਕਹਿ ਸਕਦਾ ਹਾਂ ਕਿ ਇਹਦੇ ਬਾਵਜੂਦ ਕਿ ਅਸੀਂ ਇਸ ਕੋਸ਼ਿਸ਼ 'ਚ ਹੁੰਦੇ ਹਾਂ ਕਿ ਅਸੀਂ ਰਾਦਰ ਬੈਟਰਮੈਂਟ ਵੱਲ ਤੁਰੀਏ ਜੀ ਲੇਕਿਨ ਕੁਛ ਨਾ ਕੁਛ ਜਦੋਂ ਤੁਸੀਂ ਇੱਕ ਟੈਕਨੀਕਲ ਵਰਲਡ 'ਚ ਹੁੰਦੇ ਹੋ ਕਈ ਵਾਰ ਐਸਾ ਕੁਛ ਵਾਪਰਦਾ ਜਿਹਦੇ 'ਤੇ ਤੁਹਾਡਾ ਕੰਟਰੋਲ ਵੀ ਨਹੀਂ ਹੁੰਦਾ ਔਰ ਜਿਵੇਂ ਮੈਨੂੰ ਦੱਸਿਆ ਗਿਆ ਇਸ ਪ੍ਰੋਗਰਾਮ 'ਤੇ ਆਉਣ ਤੋਂ ਪਹਿਲਾਂ ਜੀ ਕਿ ਇਸ ਦੇ ਉੱਤੇ ਟੀਮ ਜਿਹੜੀ ਹੈ ਉਹ ਕੰਮ ਕਰ ਰਹੀ ਹੈ ਔਰ ਅਸੀਂ ਆਸ ਕਰਦੇ ਹਾਂ ਕਿ ਇਹ ਰੀਸਟੋਰ ਹੋਏਗਾ ਜਲਦੀ ਜੀ ਜੀ ਜਿਹੜਾ ਸਵਾਲ ਉਹਨਾਂ ਨੇ ਪੁੱਛਿਆ ਕਿ ਵੀ ਸਿੱਖ ਬੱਚੀਆਂ ਦੇ ਵਿੱਚ ਗੈਰ ਸਿੱਖਾਂ ਦੇ ਨਾਲ ਵਿਆਹ ਕਰਵਾਉਣ ਦਾ ਰੁਝਾਨ ਜੀ ਇਹਨਾਂ ਨੇ ਬੜੀ ਇੱਕ ਲਾਈਨ ਦੇ ਵਿੱਚ ਹੀ ਕਾਫੀ ਕੁਛ ਐਸਾ ਕਿਹਾ ਜਿਹੜਾ ਆਲਮੋਸਟ ਬਹੁਤ ਸਾਰੇ ਪਰਿਵਾਰ ਇਹਨਾਂ ਮੁਲਕਾਂ ਦੇ ਵਿੱਚ ਵੀ ਈਵਨ ਪੰਜਾਬ ਦੇ ਵਿੱਚ ਵੀ ਇਹ ਰੁਝਾਨ ਦੇਖਣ ਸਾਹਮਣੇ ਆ ਰਿਹਾ ਜੀ ਇਸ ਨੂੰ ਫੇਸ ਕਰ ਰਹੇ ਨੇ ਇਹਦਾ ਕੋਈ ਵੀ ਸਿੰਪਲ ਆਨਸਰ ਨਹੀਂ ਹੈ ਹਾਲਾਂਕਿ ਜੇ ਮੈਂ ਇਸ ਦੇ ਅੱਡ ਅੱਡ ਕਾਰਨ ਦੇਖਾਂ ਤਾਂ ਇੱਕ ਇਹ ਨਹੀਂ ਹੈ ਕਿ ਵੀ ਅਸੀਂ ਕਿਉਂਕਿ ਇੱਕ ਨੇਸ਼ਨ ਦੀ ਵਕਾਲਤ ਕਰਦੇ ਹਾਂ ਇੱਕ ਖਾਲਿਸਤਾਨ ਦੇ ਐਡਵੋਕੇਟ ਹੈ ਇਸ ਲਈ ਹਰ ਗੱਲ ਅਸੀਂ ਉਹਦੇ ਨਾਲ ਹੀ ਜੋੜਨੀ ਹੁੰਦੀ ਹੈ ਜੀ ਜੀ ਪਰ ਇੱਕ ਤਾਂ ਤੁਸੀਂ ਲੋਕਲ ਲੈਵਲ 'ਤੇ ਕਿਸੇ ਪਰਿਵਾਰ ਨੂੰ ਜਾਣਦੇ ਹੋ ਤੁਸੀਂ ਉਹਨਾਂ ਦੇ ਪਰਿਵਾਰ 'ਚ ਨੁਕਸ ਕੱਢਦੇ ਹੋਗੇ ਜੀ ਮਾਂ ਕੁੜੀ ਦੀ ਇਵੇਂ ਕਰਦੀ ਹੈ ਪਿਓ ਇਵੇਂ ਕਰਦਾ ਹੈ ਇਵੇਂ ਸੀ ਉਵੇਂ ਸੀ ਇਹ ਵੀ ਰੀਜ਼ਨ ਲੋਕਲ ਰੀਜ਼ਨ ਨੇ ਜਾਂ ਛੋਟੇ ਰੀਜ਼ਨ ਨੇ ਜੀ ਮੈਂ ਸਮਝਦਾ ਵੀ ਸਭ ਤੋਂ ਵੱਡਾ ਜਦੋਂ ਵੀ ਕੋਈ ਨੇਸ਼ਨਸ ਜਾਂ ਕੌਮਾਂ ਜਿਹੜੀਆਂ ਅੱਗੇ ਨੂੰ ਜਾਂਦੀਆਂ ਨੇ ਉਹਨਾਂ ਦੀ ਹੋਂਦ ਦੇ ਲਈ ਸਭ ਤੋਂ ਜ਼ਰੂਰੀ ਹੁੰਦਾ ਪ੍ਰਾਈਡ ਜੀ ਪ੍ਰਾਈਡ ਕਹਿੰਦੇ ਨੇ ਕਿ ਫਖਰ ਕਿ ਉਹ ਕਿਸ ਚੀਜ਼ 'ਤੇ ਮਾਣ ਕਰਨ ਸੋ ਜਦੋਂ ਕੌਮਾਂ ਬੇਕਰੀਆਂ ਹੋ ਜਾਂਦੀਆਂ ਉਹਨਾਂ ਦੇ ਕੋਲ ਮਾਣ ਨਹੀਂ ਹੁੰਦਾ ਉਹਨਾਂ ਦੇ ਕੋਲ ਪ੍ਰਾਈਡ ਨਹੀਂ ਹੁੰਦਾ ਉਹਨਾਂ ਦੇ ਕੋਲ ਆਈਕੋਨ ਨਹੀਂ ਹੁੰਦੇ ਜੀ ਕਿ ਜਿਹਨਾਂ ਵੱਲ ਨੌਜਵਾਨ ਬੱਚੇ ਬੱਚੀਆਂ ਦੇਖ ਕੇ ਕਹਿਣ ਕਿ ਸਾਨੂੰ ਇਹਦੇ 'ਤੇ ਫਖਰ ਹੈ ਹੁਣ ਕੀ ਵਾਪਰਦਾ ਜਦੋਂ ਤੁਹਾਡੇ ਕੋਲ ਮੁਲਕ ਨਹੀਂ ਹੁੰਦਾ ਨੇਸ਼ਨ ਨਹੀਂ ਹੁੰਦਾ ਪਹਿਲਾਂ ਮੈਂ ਭਾਰਤ ਦੇ ਨਕਸ਼ੇ ਦੀ ਗੱਲ ਕਰਾਂ ਵੀ ਫੋਰ ਬਾਹਰਲੇ ਰੁਝਾਨ ਦੀ ਜੀ ਉਹਨਾਂ ਦੇ ਕੋਲ ਉਹੀ ਕੁਛ ਹੈ ਜੋ ਬਾਲੀਵੁੱਡ ਦੀ ਫਿਲਮ ਇੰਡਸਟਰੀ ਸਿੱਖਾਂ ਨੂੰ ਬਣਾ ਕੇ ਪੇਸ਼ ਕਰਦੀ ਹੈ ਉਹ ਡਰਾਈਵਰ ਬਣਾ ਦੇਣ ਜੋਕਰ ਬਣਾ ਦੇਣ ਸ਼ਰਾਬੀ ਬਣਾ ਦੇਣ ਜਾਂ ਉਹ ਰੰਗ ਬਿਰੰਗੇ ਕੱਪੜੇ ਪਵਾ ਕੇ ਭੰਗੜੇ ਲਾਚੇ ਬਣਾ ਕੇ ਕਿ ਜਿਵੇਂ ਸਾਰਾ ਪੰਜਾਬ ਭੰਗੜੇ ਹੀ ਪਾ ਰਿਹਾ ਔਰ ਵਾਹ ਯਾਦ ਕਿਸਮ ਦੀਆਂ ਜਿਹੜੀਆਂ ਹੋਰ ਗੱਲਾਂ ਅੱਜ ਫਿਲਮਾਂ ਦੇ ਵਿੱਚ ਪੰਜਾਬ ਅਤੇ ਪੰਜਾਬੀਅਤ ਦੇ ਹਵਾਲੇ ਨਾਲ ਗਾਣਿਆਂ ਦੇ ਵਿੱਚ ਜੋ ਸਾਹਮਣੇ ਆ ਰਿਹਾ ਹੁਣ ਜਿਹੜੇ ਬੱਚੇ ਬੱਚੀਆਂ ਨੇ ਉਹ ਕੀ ਕਰਨਗੇ ਕੀ ਦੇਖਣਗੇ ਇਹੀ ਦੇਖਣਗੇ ਉਹਦੇ 'ਚ ਕੋਈ ਪ੍ਰਾਈਡ ਤਾਂ ਹੈ ਨਹੀਂ ਉਹਨੂੰ ਦੇਖ ਕੇ ਕੋਈ ਵੀ ਜਿਹੜਾ ਸੁਚਾਰਾ ਸਿੱਖ ਹੈ ਉਹ ਇਹ ਉਹਦੇ 'ਤੇ ਰਾਧਾ ਸ਼ਰਮਿੰਦਗੀ ਮਹਿਸੂਸ ਕਰਦਾ ਕਿ ਵੀ ਸਾਡਾ ਕਿਸ ਕਿਸਮ ਦਾ ਖੂਬਸੂਰਤ ਮਜ਼ਹਬ ਕਿਸ ਕਿਸਮ ਦੇ ਸਾਡੇ ਆਦਰਸ਼ ਧਰਮ ਦੇ ਔਰ ਕਿਸ ਕਿਸਮ ਦੇ ਸਾਡੇ ਹੀਰੋ ਔਰ ਅੱਜ ਕੀ ਬਣਾ ਕੇ ਧਰ ਦਿੱਤੇ ਜੀ ਸੋ ਮੈਂ ਸਮਝਦਾ ਵੀ ਇਹੀ ਰੁਝਾਨ ਇਹਨਾਂ ਮੁਲਕਾਂ ਦੇ ਵਿੱਚ ਉੱਥੇ ਜੇ ਬਾਲੀਵੁੱਡ ਦੀ ਮਾਰ ਹੈ ਹਾਲੀਵੁੱਡ ਵੀ ਉੱਥੇ ਪਹੁੰਚਿਆ ਹੋਇਆ ਉਹਦੀ ਮਾਰ ਵੀ ਹੈ ਕੰਨਾਂ 'ਚ ਮੁੰਦਰਾਂ ਸ਼ਰਾਬ ਸਾਰੇ ਲਚਰ ਗਾਣੇ ਉਸ ਕਿਸਮ ਦੇ ਔਰ ਜਿਹੜੀ ਖੂਬਸੂਰਤੀ ਜਿਹੜੀ ਹੈ ਉਹ ਸਿਰ ਗੁੰਮ ਹੋਣ ਦੇ ਨਾਲ ਸ਼ੋਅ ਕਰਨਾ ਹੁਣ ਇਹੀ ਰੁਝਾਨ ਇਹਨਾਂ ਮੁਲਕਾਂ 'ਚ ਦੂਸਰੇ ਕਲਚਰ ਦੇ ਨਾਲ ਵੀ ਹੈ ਜਦੋਂ ਬੱਚੇ ਬੱਚੀਆਂ ਸਕੂਲਾਂ 'ਚ ਜਾਂਦੇ ਨੇ ਹੁਣ ਘਰ ਦੇ ਵਿੱਚ ਬਹੁਤ ਸਾਰੇ ਥਾਵਾਂ 'ਤੇ ਜਿਹੜੇ ਸਾਡੇ ਘਰਾਂ ਦੀ ਪ੍ਰੋਬਲਮ ਹੈ ਮਾਂ ਪਿਓ ਦੋਨੋਂ ਹੀ ਕੰਮ ਕਰਦੇ ਨੇ ਸਰਵਾਈਵਲ ਦੇ ਲਈ ਜੀ ਬੱਚਿਆਂ ਨੂੰ ਦੇਣ ਲਈ ਵਕਤ ਨਹੀਂ ਹੈ ਬੱਚੇ ਜਿਹੜੇ ਨੇ ਸਕੂਲਾਂ ਦੇ ਵਿੱਚ ਟਾਈਮ ਸਪੈਂਡ ਕਰਦੇ ਨੇ ਜਿੱਥੇ ਕਿ ਦੂਸਰਾ ਕਲਚਰ ਹੈ ਜਿਹੜਾ ਉਹਨਾਂ ਨੂੰ ਐਨਕਰੇਜ ਕਰਦਾ ਕਿ ਤੁਹਾਡੇ ਹੱਕ ਨੇ ਤੁਸੀਂ 911 ਕਾਲ ਕਰ ਸਕਦੇ ਹੋ ਦੂਸਰੇ ਔਰ ਜਿਹੜੇ ਆਲੇ ਦੁਆਲੇ ਨੇ ਉਹਨਾਂ ਦੇ ਜ਼ਾਹਰ ਹੈ ਨੌਨ ਸਿੱਖ ਕਰਾਊਡ ਹੈ ਉਹ ਉਹਨੂੰ ਜਿਹੜਾ ਸਿੱਖੀ ਸਰੂਪ ਹੈ ਜਾਂ ਅਦਰਵਾਈਜ਼ ਹੈ ਉਸਨੂੰ ਜੋਕ ਬਣਾਉਂਦੇ ਨੇ ਹਾਰਡ ਟਾਈਮ ਹੈ ਆ ਪਿੱਛੇ ਜਿਹੇ ਇੱਕ ਰਿਪੋਰਟ ਸਿੱਖ ਜਥੇਬੰਦੀ ਨੇ ਜਿਹਨੂੰ ਕਾਂਗਰਸਮੈਨਾਂ ਨੇ ਰਿਲੀਜ਼ ਕੀਤੇ ਬੁਲਿੰਗ ਦੇ ਕੇਸਿਸ ਨੇ ਵੀ ਕਿੰਨੇ ਸ਼ਾਇਦ 65-70% ਬੱਚੇ ਜਿਹੜੇ ਨੇ ਸਿੱਖ ਬੱਚੇ ਉਹ ਬੁਲਿੰਗ ਦਾ ਸ਼ਿਕਾਰ ਹੁੰਦੇ ਨੇ ਸੋ ਇਹ ਸਾਰੀਆਂ ਚੀਜ਼ਾਂ ਉਹਨਾਂ ਦੇ ਅੰਦਰ ਇੱਕ ਕੰਪਲੈਕਸ ਪੈਦਾ ਕਰਦੀਆਂ
ਉਹਨਾਂ ਦੇ ਅੰਦਰ ਇੱਕ ਘਟੀਆਪਨ ਦਾ ਅਹਿਸਾਸ ਪੈਦਾ ਕਰਦੀਆਂ ਜੀ। ਉਸ ਘਟੀਆਪਨ ਦੇ ਅਹਿਸਾਸ 'ਚੋਂ ਪਹਿਲਾਂ ਤਾਂ ਉਹ ਸਮਝਦੇ ਨੇ, ਹਾਲਾਂਕਿ ਕੁਛ ਚੀਜ਼ਾਂ ਸ਼ਾਇਦ ਉਹ ਵੀ ਉਹਨਾਂ ਅਪ ਟੂ ਦਾ ਮਾਰਕ ਨਹੀਂ ਹੁੰਦੇ ਪੜ੍ਹਾਈ ਲਿਖਾਈ ਦੇ ਪੱਖੋਂ। ਹੁਣ ਜਿਹੜੇ ਤਾਂ ਬ੍ਰਿਲੀਅੰਟ ਬੱਚੇ ਹੁੰਦੇ ਨੇ, ਉਹ ਕਿਉਂਕਿ ਉਹਨਾਂ ਦੇ ਵਿੱਚ ਭਾਵੇਂ ਉਹਨਾਂ ਨੂੰ ਫੇਸ ਕਰਨਾ ਪੈਂਦਾ ਇਹਨਾਂ ਸਮੱਸਿਆਵਾਂ ਨੂੰ, ਪਰ ਉਹਨਾਂ ਦੀ ਬ੍ਰਿਲੀਅੰਸ ਕਰਕੇ ਉਹਨਾਂ ਦੀ ਥਾਂ ਬਣ ਜਾਂਦੀ ਹੈ। ਟੀਚਰਸ ਵੀ ਉਹਨਾਂ ਦੇ ਉਹਨੂੰ ਫੇਵਰੇਟ ਸਟੂਡੈਂਟ ਗਿਣਦੇ ਨੇ ਅਤੇ ਉਹ ਨਿਕਲ ਜਾਂਦੇ ਨੇ ਅੱਗੇ ਜੀ। ਔਰ ਜੇ ਘਰੋਂ ਪੂਰੀ ਸਪੋਰਟ ਹੈ, ਮਾਪਿਓ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ, ਸਕੂਲਾਂ 'ਚ ਜਾਣ ਲੱਗਿਆ, ਘਰੋਂ ਆਉਣ ਲੱਗੇ, ਦੂਸਰੇ ਬੱਚੇ ਜਿਹੜੇ ਨੇ ਜਾਂ ਤਾਂ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ ਅਤੇ ਜਾਂ ਫਿਰ ਉਹ ਸਮਝਦੇ ਨੇ ਕਿ ਮੈਂ ਆਈ ਐਮ ਨੋਟ ਕੂਲ ਲੁਕਿੰਗ ਦਿਸ ਵੇ। ਮੈਂ ਮੁੰਡੇ ਕੁੜੀਆਂ ਦੋਨਾਂ ਦੀ ਗੱਲ ਕਰਦੇ ਜੀ। ਔਰ ਉਸ ਰੁਝਾਨ 'ਚੋਂ ਫਿਰ ਇਹ ਕੁਛ ਨਿਕਲਦਾ ਕਿ ਵੀ ਤੁਸੀਂ ਗੋਰਿਆਂ ਵਰਗੇ ਬਣ ਜਾਓ, ਤੁਸੀਂ ਬਾਹਰਲਿਆਂ ਵਰਗੇ ਬਣ ਜਾਓ ਜੀ। ਹੁਣ ਇਹੀ ਇੱਕ ਰੁਝਾਨ ਹੈ ਜਦੋਂ ਅਸੀਂ ਬੱਚੀਆਂ ਦੀ ਗੱਲ ਕਰਦੇ ਹਾਂ ਕਿ ਗੈਰ ਸਿੱਖਾਂ ਦੇ ਨਾਲ ਵਿਆਹ ਕਰ, ਔਰ ਇਹ ਇਕੱਲਾ ਇੱਥੇ ਦਾ ਰੁਝਾਨ ਨਹੀਂ ਹੈ, ਅਸੀਂ ਅਖਬਾਰਾਂ 'ਚ ਅੱਜ ਤੋਂ ਈਵਨ 20-25 ਸਾਲ ਪਹਿਲਾਂ ਤੋਂ ਵੀ ਕਿ ਜੀ ਕਲੀਨ ਸ਼ੇਵਨ ਸਿੱਖ। ਹੁਣ ਪਹਿਲਾਂ ਤਾਂ ਮਜ਼ਹਬ ਦੇ ਵਿੱਚ ਇਹੀ ਡਿਫਾਈਨ ਕਰੋ ਵੀ ਜਿਹੜਾ ਸਿੱਖ ਹੈ ਉਹ ਕਲੀਨ ਸ਼ੇਵਨ ਕਿਵੇਂ ਹੋਇਆ ਅਤੇ ਜਿਹੜਾ ਕਲੀਨ ਸ਼ੇਵਨ ਹੈ ਉਹ ਸਿੱਖ ਕਿਵੇਂ ਹੋਇਆ ਜੀ। ਅੱਛਾ, ਦੂਸਰਾ ਪਾਰਟੀ ਦੇ 'ਚ ਇੱਕ ਜ਼ਾਤ ਪਾਤੀ ਐਂਗਲ ਵੀ ਹੈ ਕਿ ਕਈ ਵਾਰ ਜਿਹੜੇ ਸਾਡੇ ਪਰਿਵਾਰ ਨੇ ਉਹ ਰਿਸ਼ਤਾ ਕਰਨ ਲੱਗਿਆ ਇਸ ਗੱਲ ਦੇ ਉੱਤੇ ਸਟਿੱਕ ਕਰਦੇ ਨੇ ਕਿ ਉਹਨਾਂ ਦੀ ਬਰਾਦਰੀ 'ਚ ਹੋਏ ਜੀ। ਜੇ ਦੂਸਰੇ ਭਾਈਚਾਰੇ ਦਾ ਭਾਵੇਂ ਅੰਮ੍ਰਿਤਧਾਰੀ ਜਾਂ ਸਿੱਖੀ ਸਰੂਪ ਬੱਚਾ ਵੀ ਅਵੇਲੇਬਲ ਹੈ, ਉਹਨੂੰ ਉਹ ਨਹੀਂ ਚਾਹੁੰਦੇ ਅਤੇ ਆਪਣਾ ਫਿਰ ਭਾਵੇਂ ਮੋਨਾ ਹੋਏ ਉਹਨੂੰ ਤੋੜ ਦਿੰਦੇ ਨੇ। ਜਦੋਂ ਇੱਕ ਵਾਰੀ ਤੁਹਾਡੀ ਐਕਸੈਪਟੈਂਸ ਹੋ ਗਈ ਕਿ ਵੀ ਸਿੱਖੀ ਸਰੂਪ ਤੋਂ ਬਿਨਾਂ ਕਿਸੇ ਨਾਲ ਹੋ ਸਕਦਾ, ਫਿਰ ਗੈਰ ਨਾਲ ਵੀ ਹੋ ਸਕਦਾ ਜੀ। ਫਿਰ ਤੁਹਾਡੇ ਬੱਚੇ ਹੀ ਤੁਹਾਨੂੰ ਇਹ ਕਹਿੰਦੇ ਨੇ ਜੀ ਫਲਾਣੇ ਦਾ ਹੋਇਆ, ਫਲਾਣੇ ਦਾ ਹੋਇਆ, ਫਲਾਣੇ ਦਾ ਹੋਇਆ, ਤੁਸੀਂ ਸਾਨੂੰ ਕਿਵੇਂ ਰੋਕ ਸਕਦੇ ਹੋ ਜੀ। ਸੋ ਮੈਂ ਸਮਝਦਾ ਵੀ ਇਹ ਜਿਹੜਾ ਇਸ਼ੂ ਹੈ ਇਹ ਕਾਫੀ ਸੀਰੀਅਸ ਇਸ਼ੂ ਹੈ। ਬਹੁਤ ਸਾਰੇ ਪਰਿਵਾਰ ਜਿਹਨਾਂ ਨੇ ਆਪਣਾ ਦਰਦ, ਇਹ ਨਹੀਂ ਹੈ ਵੀ ਪਰਿਵਾਰ 'ਚ ਆਉਂਦੇ ਹੁੰਦੇ ਨੇ ਜੀ, ਬਹੁਤ ਸਾਰੇ ਤਾਂ ਪਰਿਵਾਰ ਦੁਖੀ ਹੁੰਦੇ ਨੇ, ਕਈ ਹਾਲਤਾਂ 'ਚ ਉਹ ਜਸਟ ਆਪਣੀ ਬੱਚੀਆਂ ਦੀ ਖੁਸ਼ੀ ਲਈ ਫਾਈਨਲੀ ਗਿਵਨ ਕਰ ਦਿੰਦੇ ਨੇ, ਜਾਂ ਉਹਨਾਂ ਨੂੰ ਇਹ ਹੁੰਦਾ ਵੀ ਨਾ ਵੀ ਅਸੀਂ ਗਿਵਨ ਕਰੀਏ ਕੀ ਕਰ ਲਾਂਗੇ, ਕੋਰਟ 'ਚ ਜਾ ਕੇ ਕਰਾ ਲੈਣਗੇ ਜੀ। ਔਰ ਫਿਰ ਇਹ ਹੁੰਦਾ ਵੀ ਜਦੋਂ ਐਕਸੈਪਟੈਂਸ ਹੋ ਜਾਂਦੀ ਹੈ, ਭਾਵੇਂ ਤੁਸੀਂ ਕਿੰਨਾ ਸਰਕਮਸਟਾਂਸਿਸ ਐਕਸੈਪਟ ਕੀਤਾ, ਫਿਰ ਬਾਕੀਆਂ ਦਾ ਰਸਤਾ ਖੁੱਲ੍ਹ ਜਾਂਦਾ। ਉਹਨਾਂ ਨੂੰ ਵੀ ਹੁੰਦਾ ਜੀ ਐਵੇਂ ਮਾਪਿਓ ਕਰਦਾ ਹੀ ਹੁੰਦੇ ਨੇ ਚਾਰ ਦਿਨ, ਅਲਟੀਮੇਟਲੀ ਇਹ ਜਿਹੜਾ ਇਹ ਮੰਨ ਲਈ ਜਾਂਦੀ ਹੈ ਗੱਲ ਜੀ। ਪਰ ਮੈਂ ਸਮਝਦਾ ਵੀ ਇਸ ਰੁਝਾਨ ਨੂੰ ਜਿਹੜਾ ਉਹ ਕਿਵੇਂ ਠੱਲ ਪਾਈ ਜਾਏ, ਔਰ ਜਿਸ ਤਰਤੀਬ 'ਚ ਮੈਂ ਇਹਦਾ ਪਿਛੋਕੜ ਦਿੱਤਾ, ਮੈਂ ਸਮਝਦਾ ਵੀ ਬੜਾ ਜ਼ਰੂਰੀ ਹੈ ਕਿ ਅਸੀਂ ਆਪਣੇ ਘਰਾਂ ਦੇ ਮਾਹੌਲ ਵਿੱਚ ਪਹਿਲਾਂ ਸਿੱਖੀ ਦੀ ਖੁਸ਼ਬੋ ਲਿਆਈਏ, ਆਪਣੇ ਬੱਚਿਆਂ ਬੱਚੀਆਂ ਦੇ ਵਿੱਚ ਉਹ ਪ੍ਰਾਈਡ ਦੇਈਏ ਕਿ ਵੀ ਉਹਨਾਂ ਨੂੰ ਇਹ ਫਖਰ ਮਹਿਸੂਸ ਹੋਏ ਕਿ ਉਹ ਸਿੱਖ ਨੇ, ਬੱਚੀਆਂ ਨੂੰ ਵੀ। ਕਿਉਂਕਿ ਜੇ ਸਾਡੇ ਹੀਰੋ ਸਿੰਘ ਨੇ ਅਤੇ ਸਿੰਘਣੀਆਂ ਨੇ, ਕੋਈ ਘੱਟ ਰੋਲ ਅਦਾ ਨਹੀਂ ਕੀਤਾ ਹੋਇਆ ਸਿੱਖ ਹਿਸਟਰੀ 'ਚ, ਔਰ ਬੀਤੇ ਸਮੇਂ ਤੋਂ ਲੈ ਕੇ ਅੱਜ ਵੀ, ਅੱਜ ਦੇ ਸੰਘਰਸ਼ 'ਚ ਵੀ ਆ। ਜਿਨ੍ਹਾਂ ਨੇ ਹੁਣ ਕੌਮ ਦੇ ਹੀਰੇ ਫਿਲਮ ਦੇਖੀ ਹੈ ਕਿ ਬੀਬੀ ਸੁਰਿੰਦਰ ਕੌਰ ਜਿਹਨੇ ਆਪਣੀ ਸਾਰੀ ਜ਼ਿੰਦਗੀ ਜਿਹੜੀ ਹੈ ਉਹ ਫੋਟੋ ਦੇ ਨਾਲ ਲਾਵਾਂ ਲੈ ਕੇ ਗੁਜ਼ਾਰ ਦਿੱਤੀ, ਔਰ ਕਿ ਵੀ ਮੇਰੇ ਪਤੀ, ਹੋਣ ਵਾਲੇ ਪਤੀ ਨੇ ਜਿਹੜਾ ਇੰਨਾ ਵੱਡਾ ਕੌਮ ਦਾ ਕੰਮ ਕੀਤਾ, ਮੇਰਾ ਤਾਂ ਉਹਦੇ ਨਾਲ ਹੀ ਵਿਆਹ, ਭਾਵੇਂ ਅਰਦਾਸ ਹੀ ਹੋਈ ਹੋਈ ਸੀ। ਸੋ ਮੈਂ ਸਮਝਦਾ ਵੀ ਇਹ ਜਿਹੜੀ ਇਸ ਕਿਸਮ ਦੀ ਪਰਪੱਕਤਾ ਹੈ, ਇਹ ਸਾਡਾ ਇਸ ਨੂੰ ਅਸੀਂ ਵੱਧ ਤੋਂ ਵੱਧ ਆਪਣੇ ਬੱਚਿਆਂ ਤੱਕ ਖਾਸ ਤੌਰ 'ਤੇ ਇਹਨਾਂ ਗੱਲਾਂ ਨੂੰ ਲਿਆਈਏ, ਘਰਾਂ ਦੇ ਮਾਹੌਲ ਦੇ ਵਿੱਚ ਗੁਰਸਿੱਖੀ, ਨਾਮ ਬਾਣੀ, ਔਰ ਬੱਚਿਆਂ ਬੱਚੀਆਂ ਨੂੰ ਹਿਸਟਰੀ ਜਿਹੜੀ ਹੈ। ਬੇਸ਼ੱਕ ਅੱਜ ਅਸੀਂ ਇੱਕ ਲੂਜ਼ਿੰਗ ਗੇਮ 'ਚ ਹੋਵਾਂਗੇ ਕਿਉਂਕਿ ਇੱਕ ਵੱਡੇ ਦੁਸ਼ਮਣ ਨਾਲ ਸਾਡਾ ਵਾਹ ਪਿਆ, ਪਰ ਅੱਜ ਦੇ ਦੌਰ 'ਚ ਵੀ ਜੇ ਕੌਮ ਦੇ ਹੀਰੇ ਤੋਂ ਲੈ ਕੇ ਅਸੀਂ ਬਾਕੀ ਗੱਲ ਕਰੀਏ, ਜਿਹੜੇ ਆਪਣੇ ਹੱਕ ਲੈਣ ਦੇ ਲਈ ਖਲੋਤੇ, ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਕਈ ਹਾਲਤਾਂ 'ਚ ਸਿੰਘਣੀਆਂ ਵੀ ਨਾਲ ਸ਼ਹੀਦ ਹੋਈਆਂ ਨੇ ਸਿੰਘਾਂ ਦੇ, ਬਰਾਬਰ ਦਾ ਮੁਕਾਬਲਾ ਕਰਦੇ। ਸੋ ਮੈਂ ਸਮਝਦਾ ਵੀ ਇਹ ਪ੍ਰਾਈਡ ਦਾ ਨਾ ਹੋਣਾ, ਆਈਕੋਨਸ ਦਾ ਨਾ ਹੋਣਾ, ਆਪਣੇ ਘਰੇਲੂ ਮਾਹੌਲ ਦੇ ਵਿੱਚ ਬੱਚਿਆਂ ਲਈ ਇਨਫ ਟਾਈਮ ਨਾ ਦੇਣਾ, ਔਰ ਜੇ ਘਰਾਂ ਦੇ ਵਿੱਚ ਸਾਡੇ ਜਿਹੜਾ ਉਹ ਸ਼ਰਾਬ ਹੈ, ਘਰਾਂ ਦੇ ਵਿੱਚ ਹੋਰ ਚੀਜ਼ਾਂ ਨੇ, ਅਸੀਂ ਆ ਪਾਰਟੀ ਕਲਚਰ ਦੇ ਨਾਂ ਥੱਲੇ ਜਿਸ ਕਿਸਮ ਦਾ ਅਸੀਂ ਮਾਹੌਲ ਸਿਰਜਦੇ ਹਾਂ, ਜੇ ਅਸੀਂ ਆਪਣੇ ਮੁੰਡੇ ਕੁੜੀਆਂ ਦੇ ਵਿਆਹਾਂ ਦੇ ਉੱਤੇ ਪਾਰਟੀਆਂ ਦੇ ਨਾਂ ਥੱਲੇ ਹੋ ਕਰ ਰਹੇ ਹੁੰਦੇ ਹਾਂ, ਫਿਰ ਤੁਸੀਂ ਆਪਣੀਆਂ ਬੱਚੀਆਂ ਨੂੰ ਕਿਵੇਂ ਰੋਕ ਲਓਗੇ ਕਿ ਵੀ ਉਹ ਬਾਹਰ ਪਾਰਟੀਆਂ 'ਚ ਨਾ ਜਾਣ? ਅਤੇ ਜਦੋਂ ਬਾਹਰ ਜਾਣਗੇ ਉੱਥੇ ਕੋਈ ਸਿੱਖੀ ਸਰੂਪ ਵਾਲਿਆਂ ਨੇ ਤਾਂ ਨਹੀਂ ਡਾਂਸ ਕਰਨੇ, ਨਾ ਹੀ ਉਹ ਉਹਨਾਂ ਕਲੱਬਾਂ ਦਾ ਜਾਂ ਉਹਨਾਂ ਦਾ ਹਿੱਸਾ ਹੁੰਦੇ ਨੇ। ਸੋ ਇੱਕ ਵਾਰੀ ਜਦੋਂ ਅਸੀਂ ਰਸਤਾ ਖੋਲ੍ਹ ਦਿੰਦੇ ਹਾਂ ਉਸ ਕਿਸਮ ਦਾ ਘਰੇਲੂ ਕਲਚਰ, ਉਸ ਨੂੰ ਤੋੜਦੇ ਹਾਂ, ਅਤੇ ਨਤੀਜਾ ਫਿਰ ਉਹੀ ਹੁੰਦਾ ਜੋ ਅੱਜ ਅਸੀਂ ਫੇਸ ਕਰ ਰਹੇ ਹਾਂ ਜੀ। ਇਹ ਜਿਵੇਂ ਮੈਂ ਪਹਿਲਾਂ ਸ਼ੁਰੂ 'ਚ ਹੀ ਕਿਹਾ ਸੀ ਵੀ ਇਹਦਾ ਕੋਈ ਸਿੰਪਲ ਜਵਾਬ ਨਹੀਂ ਹੈ, ਪਰ ਇਹ ਸਾਰੇ ਇਕੱਠੇ ਨੇ, ਪਰ ਇਹ ਕੌਮ ਲਈ ਗੰਭੀਰਤਾ ਦੀ ਗੱਲ ਹੈ।
ਕਿ ਅਸੀਂ ਆਪਣੇ ਬੱਚੇ ਬੱਚੀਆਂ ਨੂੰ ਜੇ ਆਪਣੇ ਕੌਮ ਦੇ ਵਿੱਚ ਵਿਆਹ ਸ਼ਾਦੀਆਂ ਲਈ ਪ੍ਰੇਰਨਾ ਨਾ ਦੇ ਸਕੀਏ ਉਹ ਬਾਹਰ ਨਿਕਲ ਜਾਂਦੇ ਨੇ ਤਾਂ ਬਾਹਰ ਨਿਕਲ ਜਾਂਦਾ ਅਸੀਂ ਪਹਿਲਾਂ ਹੀ ਮਾਈਨੋਰਟੀ ਹਾਂ ਘੱਟ ਗਿਣਤੀ ਹਾਂ ਹੋਰ ਆਬਾਦੀ ਘੱਟਦੀ ਚਲੀ ਜਾਏਗੀ ਜੀ ਜੀ ਸੋ ਇਹਨਾਂ ਦਾ ਭੈਣ ਜੀ ਦਾ ਹਰਜੀਤ ਕੌਰ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਸਾਨੂੰ ਲਿਖਿਆ ਜੀ ਡਾਕਟਰ ਸਾਹਿਬ ਇਸ ਦੇ ਨਾਲ ਲੈਂਦੇ ਹਾਂ ਬ੍ਰੇਕ ਵੀਰ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ